ਆਤਿਸ਼ਬਾਜ਼ੀ ਤੇ ਅਲੌਕਿਕ ਹੈਗੀ ਹੈ ਹਰ ਇੱਕ ਗੁਰਪੁਰਬ ਤੇ ਮਨਾ ਕੀਤੀ ਜਾਂਦੀ ਹੈ ਬਟ ਇਸ ਵਾਰੀ ਗੁਰੂ ਨਾਨਕ ਦੇਵ ਜੀ ਦਾ 550th ਹੈਗਾ ਤੇ ਇਸ ਕਰਕੇ ਵੇਖੋ ਕਿੰਨਾ ਵਧੀਆ ਨਜ਼ਾਰਾ ਲੋਕ ਆਨੰਦ ਲੈਂਦੇ ਪਏ ਹੈ ਇੱਕ ਵੀ ਕਹਿ ਸਕਦੇ ਯੂਨਿਟੀ ਦਾ ਪਰਵ ਅਸੀਂ ਮਨਾਉਂਦੇ ਪਏ ਹਾਂ ਆਤਿਸ਼ਬਾਜ਼ੀ ਦੇਖੀ ਹੈ ਜੀ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਹੈ ਜੀ ਦੀਪਮਾਲਾ ਦੇਖੀ ਹੈ ਜੀ ਬਹੁਤ ਵਧੀਆ ਜੀ